ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ। ਸਵਾਗਤ ਆ ਤੁਹਾਨੂੰ ਤੁਹਾਡਾ ਸਾਰਿਆਂ ਦਾ ਮੇਰੇ ਯੂਟਿਊਬ ਚੈਨਲ ਫਲਾਇੰਗ ਨਾਈਟ ਰਿਐਕਟਰ 'ਚ। ਅੱਜ ਕੁਕਿੰਗ ਵਲੋਗ ਦਾ ਤੀਸਰਾ ਹਿੱਸਾ ਆ ਰਿਹਾ। ਅੱਜ ਅਸੀਂ ਬਣਾਵਾਂਗੇ ਚਿਕਨ ਸੁੱਕਾ। ਇਹ ਸਿਰਫ ਰੋਟੀਆਂ ਫੁਲਕਿਆਂ ਨਾਲ ਖਾਣ ਯੋਗਾ ਬਣਾਵਾਂਗੇ, ਠੀਕ ਹੈ। ਇਹਦੇ ਵਾਸਤੇ ਕੁਝ ਜ਼ਿਆਦਾ ਮਸਾਲੇ ਨਹੀਂ ਚਾਹੀਦੇ। ਅਤੇ ਹਾਫ ਕੇ ਜੀ ਚਿਕਨ ਲਿੱਤਾ, ਜੀਰਾ, ਰਾਈ ਅਤੇ ਅਜਵਾਇਨ, ਇੱਕ ਛੋਟਾ ਪਿਆਜ ਲੰਬਾ ਕੱਟ ਕੇ ਅਤੇ ਇੱਕ ਛੋਟਾ ਟਮਾਟਰ ਕੱਟ ਕੇ, ਠੀਕ ਹੈ। ਇਹਦੇ ਬਾਅਦ ਅਸੀਂ ਜਿਹੜੀ ਹੈ ਇਹਦੀ ਸ਼ੁਰੂ ਕਰਾਂਗੇ ਬਣਾਉਣ ਦੀ ਵਿਧੀ। ਅਸੀਂ ਇਹਦੇ 'ਚ ਕੋਈ ਐਕਸਟਰਾ ਮਸਾਲੇ ਨਹੀਂ ਪਾਉਣੇ, ਕੁਛ ਨਹੀਂ ਪਾਉਣੇ, ਕਿਉਂਕਿ ਇਹ ਹੈ ਘਰ ਖਾਣ ਵਾਸਤੇ ਚਿਕਨ। ਬਾਹਰ ਦੇ ਜਿਹੜੇ ਚਿਕਨ ਆ ਉਹਦੇ ਕੋਲ ਅਲੱਗ ਹੈ, ਤੁਸੀਂ ਘਰ ਦੇਸੀ ਸਟਾਈਲ ਬਣਾ ਸਕਦੇ ਹੋ। ਹਾਂ, ਯੂਟਿਊਬ 'ਤੇ ਕਈ ਚੈਨਲ ਨੇ ਜਿਹੜੇ ਵਧੀਆ ਵੀ ਬਣਾ ਸਕਦੇ ਨੇ ਚਿਕਨ, ਲੇਕਿਨ ਅਸੀਂ ਉਹੀ ਚਿਕਨ ਖਾਣਾ ਹੈ ਜਿਹੜਾ ਸਾਨੂੰ ਖਰਾਬ ਨਾ ਕਰੇ, ਜ਼ਿਆਦਾ ਮਸਾਲਾ ਨਹੀਂ ਹੋਏ, ਕੁਛ ਨਾ ਹੋਏ, ਸਿਰਫ ਨੋਰਮਲ ਚਿਕਨ ਖਾਣਾ। ਇਹ ਸਾਡਾ ਗੈਸ ਹੋ ਗਿਆ ਔਨ, ਲਾਈਟਰ ਸਾਹਿਬ ਸਤਿ ਸ਼੍ਰੀ ਅਕਾਲ ਕਰੋ। ਸਤਿ ਸ਼੍ਰੀ ਅਕਾਲ ਕੀਤੀ, ਪਟਾਕੇ ਮਾਰਦਾ ਇੱਕ ਦਿਨ ਮੈਂ ਆਪਣੀ ਲੱਤ ਰੱਖ ਕੇ ਮਾਰਦਾ ਸੀ। ਪਾਵਾਂਗੇ ਤੇਲ ਅਸੀਂ, ਜ਼ਿਆਦਾ ਤੇਲ ਨਹੀਂ ਪਾਉਣਾ, ਚਿਕਨ ਦੇ ਹਿਸਾਬ ਨਾਲ ਹੀ ਪਾਉਣਾ। ਓਕੇ, ਅਰਾਊਂਡ ਕੁਕਿੰਗ ਸਪੂਨ, ਇੱਕ ਸਵਾ ਕੁਕਿੰਗ ਸਪੂਨ ਫਾਈਨ ਲਵ। ਹੁਣ ਤੁਸੀਂ ਬੋਲੋਗੇ ਕਿ ਘਰ ਦਾ ਚਿਕਨ ਬਣ ਰਿਹਾ ਅਤੇ ਘਰ ਦੇ ਮਸਾਲੇ ਕਿਹੜੇ ਬਣਨਗੇ, ਉਹ ਆਪਾਂ ਤੁਹਾਨੂੰ ਦੱਸਦੇ ਹਾਂ। ਘਰ ਦੇ ਮਸਾਲੇ ਕਿਹੜੇ ਕਿਹੜੇ ਨੇ? ਇਹ ਨੇ ਘਰ ਦੇ ਮਸਾਲੇ, ਗਰਮ ਮਸਾਲਾ, ਨਾਲ ਉਹਦੇ ਹਲਦੀ, ਨਾਲ ਨਮਕ ਭਾਈ ਸਾਹਿਬ, ਨਾਲੇ ਧੂੰਆਂ ਕੱਢਣ ਵਾਲੀ ਲਾਲ ਮਿਰਚ, ਇੱਕ ਇਹ ਟਿੱਕੀ ਮਸਾਲਾ। ਅਗਰ ਕੋਈ ਪੁੱਛਣਾ ਜੀ ਕਿ ਟਿੱਕੀ ਮਸਾਲਾ ਕੀ ਚੀਜ਼ ਹੈ, ਤਾਂ ਇਹ ਸਿਰਫ ਜੰਮੂ ਕਸ਼ਮੀਰ ਵਾਲਿਆਂ ਨੂੰ, ਜਾਂ ਤੋਂ ਜ਼ਿਆਦਾ ਪੰਜਾਬ ਵਾਲਿਆਂ ਨੂੰ ਪਤਾ ਹੋ ਸਕਦਾ ਕਿ ਟਿੱਕੀ ਮਸਾਲਾ ਕੀ ਚੀਜ਼ ਹੈ ਔਰ ਕਿਹਦੇ 'ਚ ਪੈਂਦਾ ਔਰ ਕਿਸ ਲਈ ਪੈਂਦਾ। ਬਾਕੀ ਪਬਲਿਕ ਇਸ ਟਿੱਕੀ ਮਸਾਲੇ ਦੀ ਜਗ੍ਹਾ ਲਾਲ ਦੇਗੀ ਮਿਰਚ ਯੂਜ਼ ਕਰਦੇ, ਕਸ਼ਮੀਰੀ ਮਿਰਚ, ਜਿਹੜਾ ਰੰਗ ਬਣਾਉਣ ਵਾਸਤੇ ਲਾਲ, ਇਸ ਕਰਕੇ ਅਸੀਂ ਸਿਰਫ ਟਿੱਕੀ ਮਸਾਲਾ। ਔਰ ਇਹ ਜ਼ਿਆਦਾ ਪੈਂਦਾ ਵੀ ਨਹੀਂ ਹੈ, ਇਹ ਨਾ ਹਲਕਾ ਜਿਹਾ ਇੰਨਾ ਜਿਹਾ ਪਾਉਣਾ ਆਪਾਂ, ਠੀਕ ਹੈ। ਸਾਡਾ ਤੇਲ ਗਰਮ ਹੋ ਰਿਹਾ, ਦਿਨ ਦਾ ਤੇਲ ਗਰਮ ਹੁੰਦਾ, ਹੁਣ ਤੱਕ ਤੁਸੀਂ ਮਜ਼ੇ ਕਰੋ। ਅਸੀਂ ਇੱਕ ਚੀਜ਼ ਲੈਣਾ ਭੁੱਲ ਗਏ ਸੀ, ਉਹੀ ਸਾਡੀ ਕੜਛੀ। ਅਸੀਂ ਲਸਣ ਨਹੀਂ ਪਾ ਰਹੇ ਇਹਦੇ 'ਚ, ਅਦਰਕ ਵੀ ਨਹੀਂ ਪਾ ਰਹੇ, ਮੌਸਮ ਗਰਮ ਹੈ। ਮੈਨੂੰ ਪਤਾ ਟੇਸਟ ਲਿਆਉਂਦਾ, ਟੇਸਟ ਆਉਂਦਾ ਉਸ ਚੀਜ਼ ਨਾਲ, ਲੇਕਿਨ ਕੀ ਕਰੀਏ, ਆਪਣੇ ਆਪ ਨੂੰ ਤੰਦਰੁਸਤ ਵੀ ਥੋੜ੍ਹਾ ਰੱਖਣਾ ਚਾਹੀਦਾ, ਇਸ ਕਰਕੇ ਆਪਾਂ ਲਸਣ ਅਤੇ ਅਦਰਕ ਨਹੀਂ ਪਾਵਾਂਗੇ। ਇਸ ਦਾ ਮਤਲਬ ਇਹ ਹੈ ਕਿ ਜਿਹੜਾ ਇਹ ਚਿਕਨ ਹੈ ਸਿਰਫ ਇਹਨਾਂ ਮਸਾਲਿਆਂ 'ਚ, ਅਤੇ ਇੱਕ ਇਹ ਸਾਡੀ ਪੈਨ ਲੂਣ ਦਾਣੀ ਹੈ ਜਿਹੜੀ, ਇਹਦੇ 'ਚ ਜਿਹੜੇ ਮਸਾਲੇ ਹੈ। ਵਾਹ 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 ਵਾਹ, ਕਿਆ ਬਾਤ ਕਿਆ ਬਾਤ, ਏਲੀਅਨ ਦੀ ਆਵਾਜ਼ਾਂ, ਸਾਡੀ ਲੂਣ ਦਾਣੀ ਪੈਨ 'ਤੇ ਏਲੀਅਨ ਦੀ ਆਵਾਜ਼ਾਂ ਕੱਢਦੀਆਂ, ਵਾਹ ਵਾਹ। ਓਕੇ ਬਸ, ਓਕੇ, ਮੈਨੂੰ ਲੱਗਦਾ ਤੇਲ ਗਰਮ ਹੋ ਗਿਆ। ਆਪਾਂ ਦੇਸੀ ਸਟਾਈਲ 'ਚ ਚੈੱਕ ਕਰਨੇ ਤੇਲ ਗਰਮ ਹੋਇਆ ਜਾਂ ਨਹੀਂ ਹੋਇਆ। ਆਪਾਂ ਸੁੱਟਾਂਗੇ ਇੱਕ ਪਿਆਜ, ਵਾਹ 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 ਵਾਹ, ਪਿਆਜ ਫੜਕ ਰਿਹਾ, ਮਤਲਬ ਤੇਲ ਗਰਮ ਹੈ। ਹੁਣ ਆਪਾਂ ਇਹ ਤਿੰਨੋਂ ਮਿਕਸਚਰ ਜਿਹੜਾ, ਤਿੰਨਾਂ ਦਾ ਮਿਕਸਚਰ ਲਾ ਕੇ, ਤਿੰਨੋਂ ਘੁਲ ਮਿਲ ਕੇ, ਅਜੇ ਦਾ ਘੁਲ ਮਿਲ ਹੋਏ, ਲੜਾਈ ਨਹੀਂ ਕਰਨੀ, ਬਸ ਇਹਨੂੰ ਸੁੱਟ ਦਾਂਗੇ ਆਪਾਂ ਵਿੱਚ। ਬਸ ਇੰਨਾ ਧਿਆਨ ਰੱਖਣਾ ਕਿ ਇਹਨਾਂ ਨੂੰ ਥੋੜ੍ਹਾ ਜਿਹਾ ਜ਼ਿਆਦਾ ਕਾਲਾ ਨਹੀਂ ਕਰਨਾ, ਗੈਸ ਥੋੜ੍ਹਾ ਮੀਡੀਅਮ ਫਲੇਮ ਕਰ ਦਿਉ ਹੈ, ਔਰ ਇਹਨੂੰ ਆਉਣ ਦਿਉ, ਥੋੜ੍ਹਾ ਜਿਹਾ ਕਾਲਾ ਆਉਣ ਦਿਉ, ਤਾਂ ਕਿ ਜਿਹੜੀ ਵਿੱਚ ਅਜਵਾਇਨ ਪਾਈ ਉਹਦੀ ਸੁਗੰਧ ਜ਼ਿਆਦਾ ਫੈਲੇ।
ਤੁਹਾਨੂੰ ਇੱਕ ਸਲਾਹ ਹੋਰ ਦਾਂਗੇ ਕਿ ਕੋਸ਼ਿਸ਼ ਕਰੋ ਬਾਹਰ ਦਾ ਖਾਣਾ, ਬਾਹਰ ਬਣਿਆ ਖਾਣਾ ਘੱਟ ਖਾਓ, ਕਿਉਂਕਿ ਇੱਕ ਤਾਂ ਮਾਹੌਲ ਵੈਸਾ COVID-19 ਦਾ ਚੱਲ ਰਿਹਾ ਅਤੇ ਦੂਜਾ ਬਾਹਰ ਦੇ ਖਾਣੇ ਨਾਲ ਆਪਣੀ ਤਬੀਅਤ ਖਰਾਬ ਕਰਨ ਦਾ ਮਤਲਬ ਬਣਦਾ। ਘਰ ਬਣਾਓ ਆਰਾਮ ਨਾਲ, ਐਸਾ ਨਹੀਂ ਹੈ ਕਿ ਤੁਸੀਂ ਬਾਹਰੋਂ ਪੀਜ਼ਾ ਮੰਗਾ ਸਕਦੇ ਹੋ ਅਤੇ ਘਰ ਨਹੀਂ ਬਣਾ ਸਕਦੇ। ਸਭ ਬੰਦਾ ਘਰ, ਹਾਂ ਟੇਸਟ ਵੈਸਾ ਨਹੀਂ, ਤੁਸੀਂ ਚਾਹੁੰਦੇ ਕਿ ਡੋਮੀਨੋਜ਼ ਵਾਲਿਆਂ ਦਾ ਖਾਣਾ ਤਾਂ ਖਾ ਸਕਦੇ, ਲੇਕਿਨ ਪੈਸੇ ਵੀ ਬਚਣਗੇ। ਜਿੰਨੇ ਪੈਸੇ 'ਚ ਇੱਕ ਪੀਜ਼ਾ ਡੋਮੀਨੋਜ਼ ਵਾਲਿਆਂ ਦਾ, ਉਹਨੇ ਉੱਥੇ ਤੁਸੀਂ ਚਾਰ ਪੀਜ਼ਾ ਘਰ ਹੀ ਬਣਾ ਲੈਣਾ। ਉਹਦਾ ਜਿਹੜਾ ਮਟੀਰੀਅਲ ਹੈ, ਇੰਗਰੀਡੀਐਂਟਸ ਨੇ, ਉਹ ਬਣੇ ਬਣਾਏ ਮਿਲ ਜਾਂਦੇ ਨੇ, ਤੁਸੀਂ ਕੁਛ ਨਹੀਂ ਕਰਨਾ। ਚੀਜ਼ ਤੁਹਾਨੂੰ ਦੁਕਾਨ ਤੋਂ ਮਿਲ ਜਾਏਗਾ ਅਤੇ ਸਬਜ਼ੀਆਂ ਤੁਹਾਨੂੰ ਦੁਕਾਨ ਤੋਂ ਮਿਲ ਜਾਣਗੀਆਂ, ਅਤੇ ਜਿਹੜਾ ਉਹਦਾ ਕੋਰ ਹੈ, ਕਰਸਟ ਹੈ, ਸੋਰੀ ਕੋਰ ਕਰਨਾ ਕਰਸਟ, ਜਿਹੜਾ ਥੱਲੇ ਤਵਾ ਪੈਨ ਤਵਾ ਦਾ ਉਹ ਬੰਦਾ, ਉਹ ਤੁਸੀਂ ਦੁਕਾਨ ਤੋਂ ਬਣਿਆ ਬਣਾਇਆ ਮਿਲ ਜਾਂਦਾ। ਬਸ ਘਰ ਲਿਆ ਕੇ ਉਹਨੂੰ ਗਰਮ ਕਰੋ, ਓਵਨ ਨਹੀਂ ਹੈ, ਕੁੱਕਰ 'ਚ ਗਰਮ, ਕੁੱਕਰ 'ਚ ਪੱਥਰ ਰੱਖ ਕੇ ਬਣਾ ਲਓ, ਵਿੱਚ ਲੂਣ ਗਰਮ ਕਰ ਲਿਓ, ਠੀਕ ਹੈ, ਲੇਕਿਨ ਘਰ ਬਣਾ ਦਿਓ। ਇਹ ਸਾਡਾ ਥੋੜ੍ਹਾ ਗੰਢੇ ਥੋੜ੍ਹੇ ਲਾਲ ਹੋਣ ਲੱਗ ਪਏ ਨਾ, ਹੁਣ ਆਪਾਂ ਪਾਉਣੇ ਇਹਦੇ 'ਚ ਟਮਾਟਰ, ਓਕੇ ਓਲਡ ਨਹੀਂ, ਜਿਹੜਾ ਮਿਰਗਾ ਬਣਾ ਰਹੇ, ਮਿਰਗਾ ਤਾਂ ਮਿਰਗਾ ਬਣਾ ਰਹੇ ਹਾਂ, ਇਹ ਬਣਾ ਰਹੇ ਦੇਸੀ ਸਟਾਈਲ। ਸੋ ਇਹਦੇ ਵਿੱਚ ਜਿਹੜਾ ਟਮਾਟਰ ਹੈ ਉਹ ਆਪਾਂ ਪਹਿਲੇ ਹੀ ਸੁੱਕ ਲਿਆ, ਹੁਣ ਆਪਾਂ ਥੋੜ੍ਹੀ ਦੇਰ ਟਮਾਟਰ ਨੂੰ ਪਕਣ ਦਿਆਂਗੇ। ਇਹ ਜਿਹੜੇ ਤੇਲ ਅਤੇ ਟਮਾਟਰ ਦੇ ਵਿੱਚ ਹੁਣ ਮੇਲ ਮਿਲਾਪ ਹੋਇਆ, ਤੇਲ ਦਾ ਅਤੇ ਟਮਾਟਰ ਦਾ ਪਹਿਲਾਂ ਗੱਲ ਹੈ 36 ਦਾ ਅੰਕੜਾ, ਇਹ ਕਦੇ ਮੇਲ ਮਿਲਾਪ ਕਰਦੇ ਨਹੀਂ, ਇਸ ਕਰਕੇ ਵਿੱਚ ਛੂਛਣਾ ਜਿਹੜਾ ਹੈ ਉਹ ਜ਼ਿਆਦਾ ਹੋ ਗਿਆ, ਠੀਕ ਹੈ। ਅਤੇ ਬਸ ਇਹ ਜਿਹੜੀ ਰੈਸਪੀ ਹੈ ਇਹ ਮੇਰੀ ਨਹੀਂ ਹੈ, ਮੈਂ ਕਿਉਂ ਆਪਣੇ ਆਪ ਨੂੰ ਕ੍ਰੈਡਿਟ ਦਾਂ ਕਿ ਮੈਂ ਬਣਾ ਰਿਹਾ ਤਾਂ ਮੇਰੀ ਹੈ, ਇਹ ਹੈ ਮੇਰੀ ਧਰਮ ਪਤਨੀ ਦੀ ਰੈਸਪੀ, ਐਂਡ ਉਹ ਹੈ ਇਸ ਨੂੰ ਬਣਾਉਣ 'ਚ ਮਾਹਿਰ, ਠੀਕ ਹੈ, ਮਾਹਿਰ ਹੈ, ਅਤੇ ਇਸ ਕਰਕੇ ਉਹ ਇਸ ਟਾਈਮ ਬਿਜ਼ੀ ਹੈ ਥੋੜ੍ਹਾ, ਅਤੇ ਮੈਂ ਦੇਖਦੇ ਬਣਾ ਉਹਨਾਂ ਦੇ ਬਣਾਉਂਦੇ ਬਣਾ ਬਣਾ ਕੇ ਉਹਨਾਂ ਨੇ ਖਿਲਾਇਆ, ਦੇਖ ਦੇਖ ਕੇ ਆਪਾਂ ਸਿੱਖ ਗਏ ਹਾਂ, ਇਸ ਕਰਕੇ ਹਾਂ ਅੰਡੇ ਜਿਹੜਾ ਦਾ ਸਵਾਦ ਉਹ ਮੈਚ ਨਹੀਂ ਹੋਏਗਾ, ਲੇਕਿਨ ਐਸਾ ਨਹੀਂ ਹੈ ਕਿ ਅਸੀਂ ਬੇਕਾਰ ਬਣਾਵਾਂਗੇ, ਠੀਕ ਹੈ। ਤੁਸੀਂ ਇਸ ਤਰ੍ਹਾਂ ਟਮਾਟਰ ਨੂੰ ਥੋੜ੍ਹਾ ਪੀਣਾ, ਠੀਕ ਹੈ, ਹਾਂ ਕੋਈ ਨਾ, ਤੇਰਾ ਵੀ ਨੰਬਰ ਆਊਗਾ, ਟੈਨਸ਼ਨ ਲੈ, ਚਿਲ ਕਰ, ਜ਼ਿਆਦਾ ਜਲਦੀ ਹੈ ਕਿ ਫੁੱਕਾ ਲਵਾਉਣ ਦੀ, ਬੈਠ ਰਿਹਾ ਉੱਥੇ, ਹਾਂਜੀ ਮਸਾਲਾ ਜਿਹੜਾ ਸਾਡਾ ਤਿਆਰ ਹੋ ਰਿਹਾ, ਠੀਕ ਹੈ, ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ, ਜੀ ਕਰੇ ਵੇਖਦਾ ਰਵਾਂ, ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ, ਜੀ ਕਰੇ ਵੇਖਦਾ ਰਵਾਂ, ਦਿਲ ਮੁੜਦਾ ਨੀ ਲੱਖ ਸਮਝਾਇਆ, ਦਿਲ ਮੁੜਦਾ ਨੀ ਲੱਖ ਸਮਝਾਇਆ, ਜੀ ਕਰ ਦੇਖਦਾ ਰਵਾਉ, ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ, ਦਿਲ ਵਿੱਚ ਤੇਰਾ ਪਿਆਰ ਵਸਾ ਕੇ ਵੇਖੀ ਜਾਵਾਂ, ਕੋਲ ਬਿਠਾ ਕੇ ਇਹਨਾਂ ਅੱਖੀਆਂ ਨੂੰ, ਹੋ ਇਹਨਾਂ ਅੱਖੀਆਂ ਨੂੰ ਤੱਕ ਨੇ ਮਿਲਾਇਆ, ਇਹਨਾਂ ਅੱਖੀਆਂ ਨੂੰ ਤੱਕ ਨੀ ਮਿਲਾਇਆ, ਜੀ ਕਰੇ ਦੇਖਦਾ ਰਵਾਂ। ਇਹ ਸਾਡਾ ਮਸਾਲਾ ਹੋ ਗਿਆ, ਹੁਣ ਅਸੀਂ ਇਹਦੇ 'ਚ ਪਾਵਾਂਗੇ ਆਪਣੇ ਦੇਸੀ ਮਸਾਲੇ, ਹਲਦੀ 1.5 ਚਮਚ, ਠੀਕ ਹੈ, ਮਿਰਚੀ ਅਸੀਂ ਪਾਵਾਂਗੇ ਬਿਲਕੁਲ ਥੋੜ੍ਹੀ, ਕਿਉਂਕਿ ਸਾਡੇ ਘਰ ਇੱਕ ਛੋਟਾ ਬੱਚਾ ਹੈ 2.5 ਸਾਲ ਦਾ, ਹਰਨੂਰਵੀਰ ਸਿੰਘ, ਉਹ ਮਿਰਚ ਖਾਣ ਨਹੀਂ ਖਾਂਦਾ ਹੀ ਨਹੀਂ, ਅਤੇ ਇਸ ਕਰਕੇ ਅਸੀਂ ਹਲਕੀ ਜਿਹੀ ਮਿਰਚ ਪਾਵਾਂਗੇ ਤਾਂ ਕਿ ਉਹਨੂੰ ਸਵਾਦ ਬਿਕਾਨਾ ਹੋਵੇ। ਲੂਣ ਆਪਾਂ ਸੁੱਟਾਂਗੇ ਸਵਾਦ ਅਨੁਸਾਰ, ਹੁਣ ਆਪਾਂ ਕੀ ਕਰਦੇ ਹਾਂ ਕਿ ਥੋੜ੍ਹਾ ਲੂਣ ਘੱਟ ਹੀ ਪਾਵਾਂਗੇ, ਫਿਰ ਅਸੀਂ ਪਾਉਂਦੇ ਹਾਂ ਗਰਮ ਮਸਾਲਾ 1 ਚਮਚ, ਠੀਕ ਹੈ। ਇਹ ਤੁਹਾਡਾ ਜਿਹੜਾ ਟਿੱਕੀ ਮਸਾਲਾ, ਹੁਣ ਦੇਖੋ ਇਹਦਾ ਕੀ ਕੰਮ ਹੈ, ਸਿਰਫ ਇੰਨਾ ਜਿਹਾ ਪਾਵਾਂਗੇ, ਇਹ ਕਰੇਗਾ ਤੁਹਾਡਾ ਲਾਲ ਗੀ ਵਾਲਾ ਕੰਮ। ਅੱਛਾ ਮਸਾਲੇ ਹੋ ਗਏ ਅਸੀਂ ਪਾਤੇ ਨੇ,
हूँ साडा काम है लाल कर लिया हूँ आप पानी पांडिया तक वेट करो ये आप आ गए हूँ ये पाँगे पानी एक कटोरी ठीक है एक कटोरी पानी पाया इन्हों करो मिक्स ठीक है हूँ आप करना इन लानी गड़क पर ठीक है हूँ तुम कह कि मैं ना लिता चिकन सुके का तो ये पानी पाता बेटा पानी पाने पैदा क्योंकि वो बगैर सुका होना नहीं पानी पाने बाद लावे आप घोटना यदा काम है जरा हड्डी जो मसाला है उन्होंने चंगी तरह मैश करना बिच ठीक है मैश ठीक है चलो भाई तेरा काम खत्म ओके बाय 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 इन्हों ला गए क्योंकि देखो पानी लग नहीं होएगा ये इन मिक्स करने ये फायदा कि जोड़ा ग्रेवी तुम पानी पाया वो थोड़ा मिक्स हो जाता ज़्यादा क्योंकि मसाला ज़्यादा फैल जाता हूँ अं कुछ नहीं करना साढ़े भले मनस का काम टाइम आ गया आप एक दो तीन चार पाँच छः सात आठ नौ ठीक है आप चिकन पाता ही पानी सोड़ देंगे इधर इधर कड़छी चकेंगे इन्हें एक बारी जरा चिकन है इन्हें जी मसाले है तेल है मसाला तेल अपना हटा कंडा जोड़ा उन्होंने करा चंगी तरह मिक्स ये मिक्स करने के बाद कुछ नहीं करना इनू इस तरह छड़ के उत्ते देना अपना ढक्कन ठीक है गैस करना मीडियम फ्लेम ओके हूँ आप इन्हों कम से कम 10 to 12 मिनट जी है उन्होंने सेका लगन देना सड़न दे सौ रुपए देना इन्हों का काम ही यही है ठीक है हम तक इंजॉय कर जी आप आ गए वापस देखने वास्ते कि बने कि नहीं हम तुम देखोगे कि पानी आया ये पानी जोड़ा ज़्यादा देर नहीं रहेगा क्योंकि ये पानी सड़ जाएगा जैसे जैसे चिकन पकता जाएगा पानी थलो सड़ते जाना ठीक है एक बार अं हिला लेने चिकन अजे बने नहीं है वैसे ठीक है और अजे वैसे 12 मिनट नहीं हुए मैं पहले देखना है कि दस थले ना लग जाए ठीक है उन्हें बुबल बुबल कर रहे बुबल बुबल बुबलियाँ मार रहे बबलियाँ बल 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 ये तो आवाज़ सुन ठीक है आवाज़ सुन ली चलते हैं फिर आवेंगे वापस लो जी आप आ गए वापस देखने वास्ते साडा चिकन सुक्का चिकन सुक्का अजे भी गिला लेकिन ये अजे भी थोड़ा बनन दी फुल उदे च है लेकिन बनया नहीं जेड़ा ये मसाला ये सुक रहा मसाला नहीं है ये भी ते माल पानी है इहदा ए भाई साहब इन्हू करांगे आपां कि और 5 मिनट हूँ तक ये हो ही देखो हो गया आलमोस्ट आप टेस्ट करा ठीक है इन्हें वाले पीस में आप टेस्ट करा ये देख बाकी अच्छी कढ़ाई से रह देंगे कढ़ाई में देंगे टक टक टका टक 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 टका टक टक ठीक है गलिया लेकिन कट मैं किचन चला गया लेकिन मैक्सिमम टाइम होता मैं सुनने पैदा गल्ला क्योंकि मैं कुछ भी बनावा
मैं वह गंद जोड़ा ना साफ नहीं करता, अब गंदी हो गई है। ठीक है, ये टी शर्ट आप किचन पोचे वास्ते यूज़ कर रहे हैं, और इस टी शर्ट की खासियत यह है मेरी वाइफ ने मैंने पहली बार गिफ्ट दी थी एंड उन्हें किचन च लगाई है, कहती पुरानी होगी किचन च लगा दो इनू थले, क्योंकि सिंक का पानी डिगता रहता है, इतने पैर स्लिप होने का चांस है टाइल्स तो, इस करके वो देखो अपने दिता गिफ्ट वो अपने ही ये देखो आवाज सुन आ रही है, ये आवाज बड़ी खतरनाक है, ओ धुंध जम गई है, साफ करो साफ करो साफ करो। ठीक है, गैस थोड़ा कट कर दो ना, कढ़ाई की गल तो माड़ी है क्योंकि दाग हो गए पक्के, पता नहीं कोई एक ऑप्शन है तो सो मैनू कि इनू साफ किता किता जाए, मैं चाहना मैं कोई ऑप्शन दे कि साफ करनी है तो मैं साफ कर दी। आप आगे वापस चिकन देखन, साढ़ा चिकन गया बन, देखो लबीबदार अजीबदार तीन चूटा चिकन, ये आ गया साढ़ा नूरी भांडे टोन वाला बंदा, पैड़ा गंदा बंदा, क्या है ये, क्या इसमें क्या बनाना है, क्या बनाना है? इसमें क्या बनाते हैं, सुबह क्या पिया था इसमें बनाया था, नहीं अच्छा बनाना शेक बनाया था, इसमें डैडा क्या बनाता है, इसमें चटनी बनती है, हाँ ये गंदे हो गए हैं, देखो तुमने गंदे कर दिए, पता नहीं क्या क्या डाल दिया बीच में, अभी धोने पड़ेंगे ना, चलो इसको धोएंगे, चिकन बन गया, हम इसको कर देंगे बंद, इसको देंगे ढक, ओके धन्यवाद हमारा ये वीडियो देखने के लिए, अगर आपने देख लिया है तो दोबारा कभी कुछ नया बनाएंगे तो आपको ज़रूर बुलाएंगे, ओके बाय टाटा।